ਬੰਗਾ ਜਲੰਧਰ ਸੜਕ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਸਕਾਰਪੀਓ ਗੱਡੀ, ਜਿਸ ਨੂੰ ਕਿ ਇੱਕ ਗੁਰਦਾਸਪੁਰ ਦੀ ਰਹਿਣ ਵਾਲੀ ਮਹਿਲਾ ਚਲਾ ਰਹੀ ਸੀ, ਅਚਾਨਕ ਸਕਾਰਪੀਓ ਡਰਾਈਵਰ ਮਹਿਲਾ ਦਾ ਆਪਣੀ ਕਾਰ ਤੋਂ ਕੰਟਰੋਲ ਚੁੱਕਿਆ ਗਿਆ ਅਤੇ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਦੀ ਜ਼ਿਆਦਾ ਤੇਜ਼ ਰਫ਼ਤਾਰ ਹੋਣ ਕਰਕੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇੱਕ ਭੂੰਡ ਟੈਂਪੂ ਨੂੰ ਵੀ ਜ਼ਬਰਦਸਤ ਟੱਕਰ ਮਾਰੀ। ਇਸ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੈਂਪੂ ਚਾਲਕ ਦੇ ਸਿਰ 'ਤੇ ਵੀ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਬਾਕੀ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਵੀ ਸਨ, ਉਹਨਾਂ ਦੇ ਵੀ ਸੱਟਾਂ ਲੱਗੀਆਂ ਹਨ। ਉਹਨਾਂ ਜ਼ਖਮੀ ਸਵਾਰੀਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾਖਲ ਕਰਵਾਇਆ ਗਿਆ। ਥਾਣਾ ਸਦਰ ਬੰਗਾ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਕਰਨ ਵਿੱਚ ਰੁੱਝ ਗਈ ਹੈ ਅਤੇ ਸਕਾਰਪੀਓ ਚਾਲਕ ਔਰਤ ਬੰਗਾ ਦੀ ਮਹਿਲਾ ਪੁਲਿਸ ਦੀ ਗ੍ਰਿਫਤ ਵਿੱਚ ਹੈ। ਹਾਂਜੀ, ਕੀ ਨਾਮ ਜੀ ਤੁਹਾਡਾ? ਇੰਦਰਜੀਤ ਸ਼ਰਮਾ ਜੀ। ਕਿਹੜਾ ਪਿੰਡ ਹੈ ਜੀ? ਹਾਂਜੀ, ਕਿਹੜਾ ਪਿੰਡ? ਮਨੂਪੋਤਾ ਜੀ। ਅੱਛਾ, ਟੈਂਪੂ ਤੁਸੀਂ ਚਲਾਉਂਦੇ ਹੋ? ਹਾਂ, ਟੈਂਪੂ ਮੈਂ ਚਲਾਉਂਦਾ ਸੀ। ਇਹ ਜਿਹੜਾ ਐਕਸੀਡੈਂਟ ਹੋਇਆ, ਦੱਸੋਗੇ ਇਹਦੇ ਬਾਰੇ? ਹਾਂਜੀ, ਉਹਦੇ ਬਾਰੇ ਇੱਦਾਂ ਜੀ, ਮੈਂ ਉੱਥੋਂ ਚੱਲਿਆ, ਦੋ ਸਵਾਰੀਆਂ ਮੈਂ ਆਪਣੇ ਦੂਜੇ ਕੀ ਨਾਂ ਜੇਜੇ ਪਹਿਲੇ 'ਤੇ ਲਾਈਆਂ। ਜੇਜੇ ਪਹਿਲੇ 'ਤੇ ਲਾ ਕੇ ਅਤੇ ਇਹ ਭਾਈ ਸਾਹਿਬ ਉਹ ਜਿਹੜੇ ਆ ਉਹ ਪਿੱਛੇ ਖੜ੍ਹੇ ਸੀ। ਮੈਂ ਕਿਹਾ ਭਾਜੀ ਤੁਸੀਂ ਆਪਣੇ ਆਓ, ਗੱਲਾਂ ਬਾਤਾਂ ਕਰਦੇ ਮੂਹਰੇ ਜਾਂਦੇ ਹਾਂ, ਤੁਸੀਂ ਮੂਹਰੇ ਬਹਿ ਜਾਓ। ਉੱਥੋਂ ਬੈਠ ਕੇ ਮੈਂ ਉਹਨਾਂ ਨਾਲ 20 ਕੁ ਮੀਟਰ ਗਏ ਹੋਣੇ ਆ। ਉਸ ਵੇਲੇ ਪਤਾ ਲੱਗਾ ਜਦੋਂ ਤਾੜ ਤਾੜ ਹੋ ਗਈ, ਪਿੱਛੋਂ ਆ ਕੇ ਗੱਡੀ ਉਹਨਾਂ ਨੇ ਮਾਰਤੀ। ਮੁੜ ਕੇ ਉੱਥੋਂ ਅਸੀਂ ਨਿਕਲੇ ਬੜੀ ਮੁਸ਼ਕਿਲ ਨਾਲ। ਮੈਂ ਇਹਨਾਂ ਦੇ ਉੱਪਰ ਚੜ੍ਹਿਆ ਅਤੇ ਇਹ ਮੈਨੂੰ ਕਹਿੰਦੇ ਮੈਨੂੰ ਕੱਢ। ਮੈਂ ਕਿਹਾ ਮੈਂ ਬਾਹਰ ਨਿਕਲਦਾ ਤਾਂ ਹੀ ਕੱਢੂੰਗਾ ਤੁਹਾਨੂੰ। ਇਹਨਾਂ ਨੂੰ ਬੜੀ ਮੁਸ਼ਕਿਲ ਨਾਲ ਮੈਂ ਵਿੱਚੋਂ ਕੱਢ ਗਏ ਅਤੇ ਬਾਹਰ ਆਏ। ਬਾਹਰ ਆ ਕੇ ਦੇਖਿਆ ਤੂੰ ਕਿ ਸਵਾਰੀਆਂ ਦੀਆਂ ਸੱਟਾਂ ਸੀਗੀਆਂ। ਹੁਣ ਕਿੰਨੀਆਂ ਗਿਆ ਕਿਸੇ ਦੇ ਇਹਨਾਂ ਦਾ ਹੁਣ ਪਤਾ ਨਹੀਂ ਲੱਗਾ ਹੈਗਾ। ਉੱਥੇ ਆਪਣੇ ਕਿੰਨੀਆਂ ਸਵਾਰੀਆਂ ਸੀਗੀਆਂ? ਸਵਾਰੀਆਂ ਮੈਨੂੰ ਚਾਰ ਕੁ ਹੋਣੀਆਂ, ਚਾਰ ਪੰਜ ਕੁ। ਦੋ ਬੱਚੇ ਸੀਗੇ, ਉਹ ਪਿੱਛੇ ਬੈਠੇ ਸਨ, ਉਹ ਪਾਲੇ ਪਾਸੇ ਡਿੱਗੇ। ਹੁਣ ਪਹਿਲਾਂ ਮੋਟਰਸਾਈਕਲ 'ਚ ਮਾਰੀ ਹੈ ਗੱਡੀ, ਉਸ ਤੋਂ ਬਾਅਦ ਸਾਡੇ 'ਚ ਮਾਰੀ ਹੈ। ਇਹ ਹੁਣ ਪਤਾ ਨਹੀਂ ਮੈਂ ਗੱਡੀ ਲੱਗੀ ਕੀ ਲੱਗਾ, ਉੱਥੇ ਗੱਡੀ ਖੜ੍ਹੀ ਹੈ। ਇਹਨਾਂ ਬੰਦਿਆਂ ਨੇ ਦੱਸਿਆ, ਮੈਂ ਕਿਹਾ ਸਾਡੇ 'ਚ ਲੱਗਾ ਕੀ ਹੈ? ਕਹਿੰਦੇ ਜੀ ਉਹ ਸਕਾਰਪੀਓ ਗੱਡੀ ਜਿਹੜੀ ਹੈ ਉਹ ਲੱਗੀ ਹੈ। ਕੋਈ ਜਾਣਕਾਰੀ ਹੈਗੀ ਹੈ ਮੋਟਰਸਾਈਕਲ ਵਾਲਿਆਂ ਦੇ ਵੀ? ਨਹੀਂ ਜੀ, ਮੈਨੂੰ ਤਾਂ ਕੋਈ ਜਾਣਕਾਰੀ, ਕਿਉਂਕਿ ਉੱਥੋਂ ਸਾਨੂੰ ਤਾਂ ਪਿੱਛੇ ਲਏ ਹੈ। ਸੱਚ ਮੇਰੇ ਸਾਡੇ ਇਹਨਾਂ ਦੇ ਵੀ ਸੱਚ ਹੈ। ਨਹੀਂ, ਸਾਡੇ ਨਾਲ ਨਹੀਂ ਸੀ ਉਹ ਮੋਟਰਸਾਈਕਲ ਵਾਲਿਆਂ ਨੇ ਸੀ, ਕਹਿੰਦਾ ਸੀ ਮੈਨੂੰ ਉੱਥੇ ਤਾਂ ਸਾਡੇ ਸਾਰੇ ਠੀਕ ਠਾਕ ਲੈ ਕੇ ਆਏ। ਤੈਨੂੰ ਕੋਈ ਇੱਦਾਂ ਦੀ ਗੱਲ ਨਹੀਂ ਸੀ? ਇੱਕ ਤਾਂ ਯਾਰ ਲੈਕੇ ਰਹੀਆਂ ਸੀ, ਉਹ ਪਤਾ ਨਹੀਂ ਆ ਗੋਟੇ ਆ ਕਿ ਆਪਣੇ ਗਿੱਟਾ ਕੀ ਆ, ਕਦੋਂ ਰਿਸ਼ਤੇ ਪੱਟੀਆਂ ਕਰਾ ਕੇ ਸਾਨੂੰ ਇੱਧਰ ਭੇਜਤਾ, ਸਾਨੂੰ ਇੰਨਾ ਪਤਾ। ਤੁਹਾਡੇ ਕਿੱਥੇ ਸੱਟ ਲੱਗੀ? ਮੇਰੇ ਸਿਰ 'ਚ ਆ ਜਾਂਦੇ ਹਾਂ। ਠੀਕ, ਉਹਨਾਂ ਦੇ ਵੀ ਸਿਰ 'ਚ ਆ, ਮੇਰੇ ਵੀ। ਹਾਂ, ਜ਼ਖਮ ਹੈਗਾ। ਹਾਂਜੀ, ਗਲੀ ਜਿੱਦਾਂ ਗਲੀ ਹੋ ਜਾਂਦੀ ਹੈ ਇੱਦਾਂ ਵਾਹਿਗੁਰੂ ਨੇ ਇੰਨਾ ਸ਼ੁਕਰ ਹੈ। ਜਦ ਦਾ ਟੈਂਪੂ ਬੰਦ ਨਹੀਂ ਹੁੰਦਾ ਸੀ ਤੇ ਡੁੱਲੀ ਜਾਂਦਾ ਸੀ। ਟੈਂਪੂ ਬੰਦ ਨਾ ਹੋਵੇ ਕਿਸੇ ਪਾਸੇ, ਕੋਈ ਬੰਦੇ ਪਤਾ ਨਹੀਂ ਆਏ ਕਿੱਦਾਂ ਧਰ ਆਪਣੇ ਖੋਲ ਖਾਲ ਕੇ ਉਹਨਾਂ ਨੇ ਆਪਣੇ ਬੰਦ ਕਰ। ਤੁਸੀਂ ਇੱਥੇ ਅੱਗ ਲੱਗਣ ਲੱਗੀ ਸੀ, ਬਚਾਅ ਹੋ ਗਿਆ, ਅੱਗ ਲੱਗ ਜਾਣੀ ਸੀ। ਬੰਦੇ ਕਹਿੰਦੇ ਉਹਨੂੰ ਬੰਦ ਕਿੱਦਾਂ ਕਰੀਏ? ਉਹ ਕਿਸੇ ਨੇ ਆਪਣੇ ਪੈਪ ਖੋਲਿਆ, ਕਿਸੇ ਨੇ ਕੁਛ ਖੋਲਿਆ, ਦੇਰ ਜਾਣਾ ਇੰਜਣ ਬੰਦ ਹੋ ਗਿਆ। ਤਾਂ ਉਹਨਾਂ ਨੇ ਤੁਹਾਨੂੰ ਇੱਥੇ ਫਿਰ ਕੌਣ ਲੈ ਕੇ ਆਏ? ਸਾਨੂੰ ਐਂਬੂਲੈਂਸ ਲੈ ਕੇ ਆਈ, ਐਂਬੂਲੈਂਸ ਲੈ ਕੇ ਆਈ। ਸਾਡੇ ਭਾਈ ਹੁਣੀ ਉੱਥੇ ਕੁਦਰਤੀ ਖੜ੍ਹ ਗਿਆ ਸੀ। ਅਸੀਂ ਫਿਰ ਮੈਂ ਇੱਥੇ ਆ ਗਿਆ ਅੰਦਰ, ਮੈਂ ਆਪਣੇ ਪਿੰਡ ਨੂੰ ਜਾਣਾ। ਐਕਸੀਡੈਂਟ ਹੋਇਆ, ਤੁਸੀਂ ਬਾਅਦ 'ਚ ਪਹੁੰਚੇ ਜਾਂ ਉਸ? ਮੈਂ ਬਾਅਦ 'ਚ ਪਹੁੰਚਿਆ ਜੀ। ਮੈਂ ਇਹ ਤਾਂ ਸਾਰੇ ਉਹਦਾ ਮੋਟਰਸਾਈਕਲ ਵਾਲੇ ਬਹੁਤ ਜ਼ਿਆਦਾ ਸੀ।
ਸੀਗੇ ਤਾਂ ਸਾਹ ਮਾਰਦੇ ਸੀ ਦੋਵੇਂ ਜਣੇ ਦੋ ਜਣੇ ਅਤੇ ਦੋਵੇਂ ਜਣੇ ਉਹ ਇੱਕ ਬੰਦਾ ਤਾਂ ਬਹੁਤ ਹੈ ਕਰਦਾ ਅਤੇ ਇਹ ਮੈਂ ਨੱਠ ਕੇ ਜਦ ਮੈਨੂੰ ਪਤਾ ਲੱਗਾ ਵੀ ਇੱਧਰ ਸਾਡੇ ਪਿੰਡ ਦਾ ਇਹ ਬੰਦਾ ਡਰਾਈਵਰ ਆ ਮੈਂ ਨੱਠ ਕੇ ਇਹਦੇ ਵੱਲ ਆ ਗਿਆ ਮੇਰੇ ਬਾਅਦ 'ਚ ਉਹਦਾ ਪਤਾ ਨਹੀਂ ਲੱਗਾ ਵੀ ਲੇਡੀਜ਼ ਦਾ ਕੀ ਪਤਾ ਲੱਗਾ ਜੀ ਉਹਦਾ ਲੇਡੀਜ਼ ਤਾਂ ਤਿੰਨ ਚਾਰ ਆਈਆਂ ਆ ਇਹਦੇ ਟੈਂਪੂ 'ਚ ਵੀ ਆਇਆ ਜਿਹੜੇ ਉਹ ਮੋਟਰਸਾਈਕਲ ਵਾਲੇ ਸੀਗੇ ਉਹ ਕਿੱਥੇ ਲੈ ਗਏ ਉਹਨਾਂ ਨੂੰ ਉਹਨਾਂ ਨੂੰ ਦਾ ਜੀ ਪਤਾ ਨਹੀਂ ਪਤਾ ਲੱਗ ਲੱਗਾ ਸੀ ਤਾਂ ਇਹਨਾਂ ਨੂੰ ਫਿਰ ਉਸਨੇ ਸੱਦ ਲਿਆ ਉਹਨਾਂ ਦਾ ਨਹੀਂ ਪਤਾ ਲੱਗਾ ਸਾਨੂੰ ਕਿੱਧਰ ਲੈ ਗਏ ਹਾਂਜੀ ਮਲਬੂਤਾ ਮੈਂ ਤਾਂ ਮਗਰ ਪੰਗਿਆਂ ਤੋਂ ਆਉਂਦਾ ਸੀ ਮੇਰੇ ਨਾਲ ਸੀ ਮੇਰੇ ਨਾਲ ਫਿਰ ਮੈਂ ਉਹਨੂੰ ਛੱਡਣਾ ਸੀ ਪਿੰਡ ਫਿਰ ਮੈਂ ਇਹਨੂੰ ਇਹਦੇ ਟੈਂਪੂ 'ਚ ਇੱਧਰ ਬਿਠਾ ਕੇ ਇਹਨੂੰ ਮੈਨੂੰ ਫਿਰ ਮੈਂ ਮੇਰਾ ਨਾਮ ਸਤਨਾਮ ਸਿੰਘ ਭਾਅ ਜੀ ਦੱਸੋਗੇ ਮਾੜਾ ਕਿੱਦਾਂ ਐਕਸੀਡੈਂਟ ਕਿੱਥੋਂ ਹੋਇਆ ਐਕਸੀਡੈਂਟ ਦਾ ਤਾਂ ਕੋਈ ਪਤਾ ਨਹੀਂ ਲੱਗਿਆ ਅਸੀਂ ਤਾਂ ਜੀ ਮੂਹਰੇ ਬੈਠੇ ਸੀਗੇ ਪਹਿਲਾਂ ਪਿੱਛੇ ਖੜ੍ਹਾ ਸੀਗਾ ਜੀ ਪੈਲਸ ਦੇ ਕੋਲ ਸਵਾਰੀਆਂ ਲਾਈਆਂ ਨਹੀਂ ਇਹ ਕਹਿੰਦੇ ਮੂਹਰੇ ਆ ਜਾ ਕਹਿੰਦੇ ਆਪਾਂ ਮੂਹਰੇ ਆ ਜਾ ਵੀ ਜਾਣਦੇ ਸੀਗੇ ਗੱਲਾਂ ਬਾਤਾਂ ਕਰ ਬੈਠੇ ਸੀਗੇ ਮੂਹਰੇ ਜਾ ਰਹੇ ਹਾਂ ਅਤੇ ਸਾਨੂੰ ਨਹੀਂ ਪਤਾ ਲੱਗਿਆ ਮੱਲਾ ਸੁਣੀ ਮੱਲਾ ਸੁਣੀ ਪਿੱਛੋਂ ਆ ਕੇ ਕੀ ਵੱਜਿਆ ਸਾਨੂੰ ਨਹੀਂ ਕੁਛ ਵੀ ਪਤਾ ਗੁਰਨਾਮ ਭੰਗੜ ਪਿੱਛੋਂ ਆ ਕੇ ਗੱਡੀ ਜਿਹੜੀ ਲੇਡੀ ਦੇ ਜ਼ਿਆਦਾ ਸੱਟਾਂ ਲੱਗੀਆਂ ਉਹ ਟੈਂਪੂ 'ਚ ਬੈਠੀ ਸੀ ਸਾਨੂੰ ਇਹ ਨਹੀਂ ਪਤਾ ਉਹ ਟੈਂਪੂ 'ਚ ਬੈਠੀ ਸੀ ਜਾਂ ਕਿੱਦਾਂ ਸੀਗਾ ਟੈਂਪੂ ਵਾਲੀਆਂ ਦਾ ਉਦਾਂ ਠੀਕ ਸੀ ਮਾੜਾ ਮੋਟਾ ਹੁਣ ਇਹ ਨਹੀਂ ਹੁਣ ਪਤਾ ਵੀ ਉਹ ਟੈਂਪੂ ਵਾਲੇ ਦੀ ਹੋਈ ਇੱਕ ਕਹਿੰਦੇ ਪਿੱਛੇ ਮੋਟਰਸਾਈਕਲ ਵੀ ਸੀਗਾ ਮੋਟਰਸਾਈਕਲ ਦੇ ਵਿੱਚ ਵੀ ਗੱਡੀ ਵੱਜੀ ਆ ਫਿਰ ਬਾਅਦ 'ਚ ਸਾਡਾ ਤਾਂ ਟੈਂਪੂ 'ਚ ਜਦ ਵੱਜੀ ਆ ਟੈਂਪੂ ਪਲਟ ਗਿਆ ਨਾ ਪਲਟਣ ਦੇ ਨਾਲ ਮੈਂ ਥੱਲੇ ਆ ਗਿਆ ਇਹ ਮੇਰੇ ਉੱਤੇ ਡਰਾਈਵਰ ਸਾਹਿਬ ਮੇਰੇ ਉੱਤੇ ਆ ਗਏ ਅਤੇ ਮੈਂ ਥੱਲੇ ਸੀ ਮੈਂ ਪੱਗ ਬੰਨੀ ਕਰਕੇ ਬਚ ਗਿਆ ਨਹੀਂ ਤਾਂ ਸਿਰ 'ਚ ਮੇਰੇ ਵੀ ਸੱਟ ਲੱਗੀ ਉੱਦਾਂ ਕੀ ਸਮਝਦੇ ਹੋ ਕਿਹਦੀ ਗਲਤੀ ਇਹਦੇ ਵਿੱਚ ਨਹੀਂ ਗਲਤੀ ਤਾਂ ਇਹਦੇ ਵਿੱਚ ਹੁਣ ਆਪਾਂ ਕਹਿ ਨਹੀਂ ਸਕਦੇ ਕਿਹਦੀ ਹੈਗੀ ਆ ਵੀ ਹੁਣ ਉਹ ਗੱਡੀ ਵਾਲੀ ਅਪਸੈਟ ਸੀ ਜਾਂ ਕਿੱਦਾਂ ਕਿਉਂਕਿ ਅਸੀਂ ਤਾਂ ਆਪਣੀ ਸਾਈਡ 'ਤੇ ਜਾ ਰਹੇ ਹਾਂ ਸਵਾਰੀ ਲਾਈ ਆ ਸਵਾਰੀ ਲਾ ਕੇ 5-7 ਫੁੱਟ ਦੂਰ ਚਲੇ ਗਏ ਹਾਂ ਉੱਥੋਂ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਪਿੱਛੇ ਸਾਨੂੰ ਕੀ ਹੋਇਆ ਪਿੱਛੇ ਇਹਦੇ ਬਾਰੇ ਖਿੱਚ ਕੇ ਲੈ ਗਏ ਕਾਫੀ ਦੂਰ ਤੱਕ ਤਾਂ ਰਗੜਦੀ ਗਈ ਆ ਪਹਿਲਾਂ ਪਹਿਲਾਂ ਗੱਡੀ ਜਿਹੜੀ ਪਿੱਛੋਂ ਆਈ ਹੈ ਤੁਹਾਡੇ ਸਕੋਰਪੀਓ ਗੱਡੀ ਦੇਖ ਕੇ ਆਏ ਹਾਂ ਅਸੀਂ ਪਹਿਲਾਂ ਉਹਦੇ 'ਚ ਮੋਟਰਸਾਈਕਲ ਵੱਜੀ ਹੈ ਸਾਨੂੰ ਇਹ ਨਹੀਂ ਪਤਾ ਦੱਸਦੇ ਆ ਵੀ ਪਿੱਛੇ ਮੋਟਰਸਾਈਕਲ ਵੀ ਉਹਦੇ ਥੱਲੇ ਪਿਆ ਸੀਗਾ ਇੱਕ ਕਿਉਂਕਿ ਅਸੀਂ ਦੇਖਿਆ ਗਿਆ ਕਿਉਂਕਿ ਟੈਂਪੂ ਤਾਂ ਪਲਟ ਗਿਆ ਸੀਗਾ ਕਾਫੀ ਦੂਰ ਤੱਕ ਖਿੱਚਦੀ ਲਗਾਈ ਆ ਪਿੱਛੇ ਕੀ ਵੱਜਿਆ ਸੀ ਕੌਣ ਖਿੱਚਦਾ ਸੀ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਰੁੜਦੇ ਮਤਲਬ ਗਏ ਆ ਕਿ ਸੜਦਾ ਗਿਆ ਟੈਂਪੂ ਤਾਂ ਸਾਨੂੰ ਤਾਂ ਇਹ ਵੀ ਚਾਂਸ ਸੀ ਜਿੱਦਾਂ ਉਹਦੇ ਵਿੱਚ ਪਲਟ ਗਿਆ ਸੀਗਾ ਹਾਂਜੀ ਅਤੇ ਉਹਦੇ ਵਿੱਚ ਜਿੱਦਾਂ ਧੂੰਆਂ ਨਿਕਲਣ ਲੱਗ ਗਿਆ ਸਾਨੂੰ ਤਾਂ ਇਹ ਡਰ ਸੀ ਵੀ ਕਿਤੇ ਅੱਗ ਨਹੀਂ ਪੈ ਗਈ ਹਾਂ ਵੀ ਅੱਗ ਲੱਗ ਗਈ ਆ ਉਹ ਹਾਂਜੀ ਡਾਕਟਰ ਸਾਹਿਬ ਜਿਹੜਾ ਐਕਸੀਡੈਂਟ ਹੋਇਆ ਉਹ ਜਾਣਕਾਰੀ ਦਿਓ ਅੱਜ ਅਰਾਊਂਡ 3:00 ਜੀ ਮਜਾਰੀ ਦੇ ਕੋਲ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਸਕੋਰਪੀਓ ਟੈਂਪੂ ਟਾਇਰ ਦੇ ਵਿੱਚ ਵੱਜੀ ਹੈ ਅਤੇ ਅਰਾਊਂਡ 3:00 ਅਪਰੋਕਸੀਮੇਟਲੀ 10-11 ਪੇਸ਼ੈਂਟ ਸਾਡੇ ਟਾਹਾਂ ਕਿਲੇ ਦਾ ਹੋਸਪਿਟਲ ਵਿੱਚ ਆਏ ਜਿਹਨੂੰ ਸਾਡੀ ਟਰੋਮਾ ਟੀਮ ਜਿਹਦੇ ਵਿੱਚ ਡਾਕਟਰ ਜਸਦੀਪ ਸਿੰਘ ਸੈਣੀ ਉਸ ਦਾ ਡਾਕਟਰ ਰਵਿੰਦਰ ਖਜੂਰੀਆ ਡਾਕਟਰ ਨਵਜੋਤ ਅਤੇ ਮੈਂ ਡਾਕਟਰ ਵਿਵੇਕ ਗੁੰਬਰ ਅਤੇ ਡਾਕਟਰ ਰੋਹਿਤ ਸਾਰਿਆਂ ਨੇ ਅਸੀਂ ਉਹਨੂੰ ਮੈਨੇਜ ਕੀਤਾ ਉਹਦੇ ਵਿੱਚ ਟੋਟਲ 11 ਪੇਸ਼ੈਂਟ ਆਏ ਸੀ ਜਿਹਦੇ 'ਚੋਂ ਇੱਕ ਤਾਂ ਬਲੋਡ ਡੈਡ ਸੀ ਪੇਸ਼ੈਂਟ ਅਤੇ ਬਾਕੀ ਜਿਹੜੇ ਉਹ 'ਚੋਂ 4-5 ਗੰਭੀਰ ਰੂਪ ਨਾਲ ਘਾਇਲ ਹੈਗੇ ਪੇਸ਼ੈਂਟ ਜਿਹਦੇ ਵਿੱਚ ਕਿਸੇ ਨੂੰ ਕਿਸੇ ਦੀ ਹੈਡ ਇੰਜਰੀ ਹੈਗੀ ਹੈ ਕਿਸੇ ਨੂੰ ਛਾਤੀ 'ਚ ਸੱਟ ਲੱਗੀ ਇੱਕ 2 ਪੇਸ਼ੈਂਟ ਦੇ ਫ੍ਰੈਕਚਰ ਬਾਕੀ ਜਿਹੜੇ ਪੇਸ਼ੈਂਟ ਆ ਉਹ ਸਟੇਬਲ ਹੈ ਅਪਰੋਕਸੀਮੇਟ 4-5 ਕ੍ਰਿਟੀਕਲ ਕੰਡੀਸ਼ਨ 'ਚ ਹੈਗੇ ਜੀ ਇੱਕ ਐਕਸਪਾਇਰ ਹੋਇਆ ਜੀ ਅਤੇ ਬਾਕੀ ਸਾਰੇ ਪੇਸ਼ੈਂਟ ਡਿਟੇਲ ਹਲੇ ਸਾਨੂੰ ਪ੍ਰੋਪਰ ਨਹੀਂ ਪਤਾ ਕਿਉਂਕਿ ਅਸੀਂ ਮੈਨੇਜ ਹੀ ਕਰਦੇ ਪਏ ਸੀ ਅਤੇ ਟਾਹਾਂ ਕਲੇਰਾਂ ਵਿੱਚ ਅੱਜ 3 ਵਜੇ ਹੋਇਆ ਅਤੇ ਹੁਣ ਅੱਗੇ ਨਾਲੋਂ ਪੇਸ਼ੈਂਟ ਸਟੇਬਲ ਹੈ ਜਿਹੜੇ ਕ੍ਰਿਟੀਕਲ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਅਸੀਂ ਮੈਨੇਜ ਕਰਕੇ ਆਈ ਸੀ ਸ਼ਿਫਟ ਕੀਤਾ ਅਤੇ ਜਿਹਨਾਂ ਨੂੰ ਚੋਟਾਂ ਵਗੈਰਾ ਲੱਗੀਆਂ ਸੀਗੀਆਂ ਉਹਨਾਂ ਦੀ ਪੱਟੀ ਵਗੈਰਾ ਕਰ ਦਿੱਤੀ ਹੈ
ਅਤੇ ਉਹਨਾਂ ਨੂੰ ਅੰਡਰ ਓਬਜ਼ਰਵੇਸ਼ਨ ਰੱਖਿਆ ਹੋਇਆ ਜੀ। ਡਾਕਟਰ ਸਾਹਿਬ ਜਿਹੜੇ ਕ੍ਰਿਟੀਕਲ ਦੱਸ ਰਹੇ ਹੋ ਉਹਨਾਂ ਦਾ ਇਲਾਜ ਇੱਥੇ ਹੋਏਗਾ ਜਾਂ ਕੋਈ ਰੈਫਰ ਕਰਨ ਦੀ ਜ਼ਰੂਰਤ ਪੈਂਦੀ? ਨਹੀਂ, ਇੱਥੇ ਹੀ ਹੋ ਜਾਏਗਾ ਇਲਾਜ ਜੀ। ਸਾਡਾ ਜਿਹੜਾ ਹੋਸਪਿਟਲ ਹੈ ਇਹ, ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਇੱਥੇ ਹਨ। ਇਹ ਉਹਨਾਂ ਸੀ ਟੀ ਵਗੈਰਾ ਜਿੰਨਾ ਕਰਨਾ, ਬਾਕੀ ਸਾਡੀ ਟਰੋਮਾ ਟੀਮ ਹੈਗੀ ਜੀ, ਡਾਕਟਰ ਸੈਨੀ, ਡਾਕਟਰ ਰਵਿੰਦਰ ਖਜੂਰੀਆ, ਨਵਜੋਤ, ਮੈਡੀਸਨ ਦੇ ਦੋਨੋਂ ਅਸੀਂ ਬੰਦੇ, ਵੀ ਕੈਨ ਮੈਨੇਜ। ਇੱਥੇ ਕਿਸੇ ਰੈਫਰ ਕਰਨ ਦੀ ਲੋੜ ਨਹੀਂ ਪੈਣੀ ਹੋਪਫੁਲੀ। ਅਤੇ ਉਹਨਾਂ ਦਾ ਇਲਾਜ ਚੱਲਦਾ ਪਿਆ, ਉਹਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਜੀ। ਥੈਂਕ ਯੂ।